ਮਿੱਤਰੋ ਸਾਹਮਣੇ ਦਿਖਾਈ ਦੇ ਰਿਹਾ ਚਮੇਰਾ ਡੈਮ, ਫਸਟ ਵਿਊ ਆਫ ਚਮੇਰਾ ਡੈਮ। ਤੋ ਯਹਾਂ ਸੇ ਆਗੇ ਸੜਕ ਜਾਏਗੀ ਸੱਚ ਪਾਸ। अभी पहुंचे हम तीसा और यहाँ से सच पास है 62 किलोमीटर, बैरागढ़ 29। ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਹਾਂ ਬੈਰਾਗੜ੍ਹ ਚਾਮੁੰਡਾ ਹੋਟਲ। ਲਾਸਟ ਟਾਈਮ ਵੀ ਇੱਥੇ ਸਟੇਅ ਕੀਤੀ ਸੀ ਆਪਾਂ, ਅਤੇ ਇੱਥੇ ਆਪਾਂ ਹੁਣ ਕਰਾਂਗੇ ਲੰਚ, ਉਹ ਤੋਂ ਬਾਅਦ ਅੱਗੇ ਜਾਵਾਂਗੇ ਸੱਚ ਪਾਸ। ਅਤੇ ਨੀਅਰ ਅਬਾਊਟ ਟਾਈਮ ਹੋਇਆ ਕੋਈ 12 ਵਜੇ ਦੁਪਹਿਰ ਦੇ, ਅਤੇ ਖਾਣਾ ਖਾਂਦੇ ਹਾਂ ਅਤੇ ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਸੱਚ ਪਾਸ। ਬੈਰਾਗੜ੍ਹ ਖਾਣਾ ਖਾਧਾ, ਲੰਚ ਕੀਤਾ ਅਤੇ ਹੁਣ ਜਾ ਰਹੇ ਆਪਾਂ ਸੱਚ ਪਾਸ। ਤੁਸੀਂ ਦੇਖ ਸਕਦੇ ਹੋ ਰੋਡ ਕਿੰਨਾ ਜ਼ਬਰਦਸਤ ਹੈ, ਬਟ ਸਿਰਫ 4-5 ਕਿਲੋਮੀਟਰ ਹੀ ਹੈ।
ਇਸ ਤੋਂ ਬਾਅਦ ਰੋਡ ਬਹੁਤ ਜ਼ਿਆਦਾ ਖਰਾਬ ਸ਼ੁਰੂ ਹੋ ਜਾਏਗਾ। ਨੀਅਰ ਅਬਾਊਟ ਆਪਾਂ ਸੱਚ ਪਾਸ 2 ਘੰਟੇ ਵਿੱਚ ਪਹੁੰਚ ਜਾਵਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ 6-7 ਵਜੇ ਤੱਕ ਵਾਪਸ ਬੈਰਾਗੜ ਆ ਜਾਈਏ। ਦੇਖ ਲਓ ਜੀ, ਵਿੱਚ ਵਿੱਚ ਸੜਕ ਦੀ ਤਿਆਰੀ ਹੋ ਰਹੀ ਹੈ, ਫਸ ਗਏ ਆਪਾਂ।
ਬਿਊਟੀਫੁਲ ਵੀਰੇ, ਮਜ਼ਾ ਆ ਗਿਆ, ਮਜ਼ਾ ਆ ਗਿਆ ਯਾਰ, ਮਜ਼ਾ ਆ ਗਿਆ। ਸੈਕਿੰਡ ਟਾਈਮ ਸਾਡਾ ਟੂਰ ਲੱਗਿਆ ਹੈ ਸੱਚਪਾਸ ਨੂੰ, ਅਤੇ ਇਸ ਵਾਰ ਬਹੁਤ ਜ਼ਿਆਦਾ ਇੰਜੋਏ ਕਰ ਰਹੇ, ਬਹੁਤ ਜ਼ਿਆਦਾ। ਦਿਸ ਇਜ਼ ਰੀਅਲੀ ਦ ਡਰਟੀ ਹੈਵਨ ਔਨ ਦ ਅਰਥ। ਸੱਚਪਾਸ
ਹੈਲੋ ਦੋਸਤੋ, ਵੈਲਕਮ ਟੂ ਸੱਚਪਾਸ। ਬਈ ਪਹੁੰਚ ਗਏ ਸੱਚਪਾਸ। ਵਾਓ, ਜੈ ਭੋਲੇਨਾਥ। ਵੈਲਕਮ ਟੂ ਸੱਚਪਾਸ ਜੀ। ਇਹ ਹੈ ਸੱਚਪਾਸ ਦੇ ਵਿੱਚ ਬਣਿਆ ਜੋ ਟੈਂਪਲ ਹੈ ਭੋਲੇਨਾਥ ਦਾ ਅਤੇ ਮਾਤਾ ਜੀ ਦਾ। ਬਿਊਟੀਫੁਲ ਪਲੇਸ ਜੀ, ਬਿਊਟੀਫੁਲ। ਮਜ਼ਾ ਆ ਗਿਆ ਬਈ। ਬਈ 2 ਸਾਲ ਪਹਿਲੇ ਇੱਥੇ ਆਏ ਸੀ ਮੈਂ ਅਤੇ ਰਾਜੀਵ ਭਈਆ। ਅਚਾਨਕ ਬੜੀ ਫਾਸਟ ਇਮੀਜੀਏਟਲੀ ਪ੍ਰੋਗਰਾਮ ਬਣਿਆ ਖੜ੍ਹੇ ਪੈਰ, ਅਤੇ ਇੱਥੇ ਆਪਾਂ ਆਏ ਮੈਂ ਅਤੇ ਰਾਜੀਵ ਭਈਆ। ਅਤੇ ਮਜ਼ਾ ਆ ਗਿਆ। ਕੱਲ੍ਹ ਸ਼ਾਮ ਨੂੰ ਆਪਾਂ ਚੱਲੇ ਸੀ ਦਸੂਆ ਤੋਂ ਡਲਹੌਜ਼ੀ, ਡਲਹੌਜ਼ੀ ਤੋਂ ਸਵੇਰੇ ਆਪਾਂ ਬੈਰਾਗੜ੍ਹ ਆਏ, ਦੁਪਹਿਰੇ ਪਹੁੰਚੇ ਉੱਥੇ ਅੱਜ ਬੈਰਾਗੜ੍ਹ। ਅਤੇ ਬੈਰਾਗੜ੍ਹ ਤੋਂ ਆਪਾਂ ਹੁਣ ਆਏ ਹਾਂ ਸੱਚਪਾਸ। ਨੀਅਰ ਅਬਾਊਟ 4 ਵੱਜ ਗਏ ਸ਼ਾਮ ਦੇ। ਪਿਛਲੀ ਵਾਰ ਆਪਾਂ ਸੱਚਪਾਸ ਤੋਂ ਵਾਪਸ ਨਹੀਂ ਗਏ ਸੀ, ਸੱਚਪਾਸ ਤੋਂ ਸਿੱਧੇ ਗਏ ਸੀ ਕਿਲਾਰ, ਉਦੈਪੁਰ, ਕੁਲਾਂਗ, ਮਨਾਲੀ ਹੁੰਦੇ ਹੋਏ ਦਸੂਆ। ਤੇ ਚਲੋ ਹੁਣ ਤੁਹਾਨੂੰ ਦਿਖਾਈ ਹੈ ਪਲੇਸ। ਬਈ ਜੇ ਆਪਾਂ ਨੂੰ ਇਹ ਵੀਡੀਓ ਅੱਛੀ ਲੱਗੇ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ, ਸਬਸਕ੍ਰਾਈਬ ਕਰਿਓ, ਕਮੈਂਟ ਵੀ ਕਰਿਓ ਜੀ। ਅਤੇ ਪਹੁੰਚਦੇ ਹਾਂ ਬੈਰਾਗੜ੍ਹ ਹੋਟਲ ਦੇ ਵਿੱਚ। ਓਕੇ ਰਾਜੀ ਭਈਆ, safely such pass always on top